ਸਾਨੂੰ ਆਪਾਂ ਨੂੰ ਇਹੀ ਆ ਵੀ ਉਹ ਘਰ ਆ ਜਾਣ, ਜਿੱਦਾਂ ਵੀ ਉਹ ਘਰ ਆ ਜਾਣ ਸਾਨੂੰ ਮਿਲ ਜਾਣ, ਕਿਤੇ ਫੋਨ ਕਰ ਦੇਣ, ਸਾਨੂੰ ਪੈਸੇ ਦੀ ਨਹੀਂ ਲੋੜ, ਸਾਨੂੰ ਉਹਨਾਂ ਦੀ ਲੋੜ ਹੈ। ਕਰਜ਼ਾ ਸਾਡਾ ਉੱਤੇ ਹੀ ਖੜਾ ਵਾ, ਕਰਜ਼ਾ ਕਿੰਨੇ ਲਾਉਣਾ ਹੁਣ, ਆਪ ਹੁੰਦੇ ਵੀ ਕਮਾਈ ਕਰਦੇ ਫਿਰ ਹੀ ਕਰਜ਼ਾ ਉਤਰਨਾ ਹੈ। ਅਸੀਂ ਤਾਂ ਹੁਣ ਇਹੀ ਕਹਿੰਦੇ ਸਰਕਾਰ ਨੂੰ ਵੀ ਸਾਨੂੰ ਸਾਡੇ ਪਿੰਡ ਮਿਲ ਜਾਣਾ, ਅਸੀਂ ਕਰਜ਼ਾ ਆਪ ਹੀ ਮਿਹਨਤ ਕਰਕੇ ਲਾ ਲਵਾਂਗੇ, ਪਰ ਉਹ ਸਾਨੂੰ ਆ ਜਾਣ, ਘਰ ਆ ਜਾਣ ਸਾਡੇ ਕੋਲ। ਬੜੇ ਪਛਤਾਉਣੇ ਸੀ ਕਿ ਕਦ ਤੋਂ ਭੇਜ ਦਿੱਤੇ, ਅਸੀਂ ਤਾਂ ਇੱਥੇ ਚੰਗੇ ਸੀਗੇ, ਅਸੀਂ ਤਾਂ ਬੱਚੇ ਕਹਿੰਦੇ ਸੈੱਟ ਕਰਨੇ ਸੀ, ਤਾਂ ਬੱਚੇ ਸੈੱਟ ਕਰਦੇ ਕਰਦੇ ਹੁਣ ਇਹ ਥੋੜ੍ਹੀ ਪਤਾ ਸੀ। ਤੂੰ ਇੰਨੀ ਟੈਨਸ਼ਨ ਕਿਉਂ ਲੈਣੇ ਆ, ਮੈਂ ਤੂੰ ਆ ਜਾ, ਜੇ ਨਹੀਂ ਤਾਂ ਉਹਨਾਂ ਨੇ ਸਾਡੇ ਵੱਲ ਨਹੀਂ ਦੇਖਿਆ, ਕਹਿੰਦੇ ਨਹੀਂ ਪਤਾ ਹੀ ਨਹੀਂ ਉਹਨਾਂ ਨੂੰ ਪਛਾਣ ਵੀ ਅਸੀਂ ਕੌਣ ਹੈ, ਕੌਣ ਨਹੀਂ ਪਛਾਣੇ ਨਹੀਂ ਸਾਨੂੰ। ਮੈਂ ਚੱਲ ਜੇ ਨਹੀਂ ਤੂੰ ਪਿੰਡ ਇੰਡੀਆ ਆ ਗਿਆ, ਕਹਿੰਦਾ ਨਹੀਂ 20 ਲੱਖ ਰੁਪਈਏ ਚੱਕ ਕੇ ਭੇਜਿਆ ਤੁਸੀਂ, ਮੈਂ ਕਿੱਦਾਂ ਆਵਾਂ, ਮੈਂ ਪੈਸੇ ਕਮਾਉਣੇ, ਕਮਾਉਣਾ ਮੈਂ ਨਿਆਣੇ ਲੈ ਕੇ ਆਉਣਾ। ਰਾਤ ਨੂੰ ਗੱਲ ਆਈ ਮੁੜ ਕੇ ਸਵੇਰੇ, ਕਹਿੰਦੇ ਮੁੰਡੇ ਕਹਿੰਦੇ ਗੁਰਦੁਆਰੇ ਗਿਆ, ਉੱਠ ਕੇ ਉੱਥੇ ਚਾਹ ਪਾਣੀ ਪੀਤਾ, ਚਾਹ ਪਾਣੀ ਪੀ ਕੇ ਸਵੇਰੇ ਪਾਣੀ, ਉਸ ਤੋਂ ਬਾਅਦ ਕਿਤੇ ਚੱਲ ਗਿਆ, ਮੁੜ ਕੇ ਫੋਨ ਹੀ ਨਹੀਂ ਆਇਆ। ਜਲੰਧਰ ਦੇ ਪਿੰਡ ਪਟਨੂਰਾ ਲਬਾਣਾ ਦਾ ਇੱਕ ਨੌਜਵਾਨ ਪੁਰਤਗਾਲ ਦੇ ਵਿੱਚ ਲਾਪਤਾ ਹੋ ਚੁੱਕਾ ਹੈ। ਪਰਿਵਾਰ ਨੇ 20 ਲੱਖ ਦਾ ਕਰਜ਼ ਚੁੱਕ ਕੇ ਪੁੱਤ ਨੂੰ ਚੰਗੇ ਭਵਿੱਖ ਦੇ ਲਈ ਪੁਰਤਗਾਲ ਭੇਜਿਆ ਸੀ, ਪਰ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਬੇਹੱਦ ਪਰੇਸ਼ਾਨੀ ਦੇ ਵਿੱਚ ਹੈ। ਲਗਾਤਾਰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਪੁੱਤ ਦਾ ਅਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗ ਸਕਿਆ। ਮੇਰੇ ਨਾਲ ਨੌਜਵਾਨ ਦੇ ਮਾਤਾ ਪਿਤਾ ਔਰ ਉਹਨਾਂ ਦੀ ਵਾਈਫ ਮੌਜੂਦ ਹੈਗੀ ਹੈ, ਬਲਵਿੰਦਰ ਸਿੰਘ ਸਾਡੇ ਨਾਲ ਨੇ। ਆਖਿਰਕਾਰ ਕਿਵੇਂ ਲਾਪਤਾ ਹੁੰਦੇ ਨੇ, ਕਦੋਂ ਜਾਂਦੇ ਨੇ, ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਬਲਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਬੇਟੇ ਦਾ ਨਾਮ ਦੱਸ ਦਿਓ ਔਰ ਕਦੋਂ ਪੁਰਤਗਾਲ ਭੇਜਿਆ ਸੀ? ਲੜਕੇ ਦਾ ਨਾਮ ਬਲਜੀਤ ਸਿੰਘ ਆ, ਸੋਨੂ ਵੀ ਕਹਿੰਦੇ ਉੱਦਾਂ। ਤੋਂ ਪਿਛਲੇ ਸਾਲ 2022 'ਚ 2022 'ਚ ਗਿਆ ਸੀ ਅਪ੍ਰੈਲ ਮਹੀਨੇ ਪੁਰਤਗਾਲ। ਪੁਰਤਗਾਲ ਗਿਆ, ਉਸ ਤੋਂ ਬਾਅਦ ਕੰਮ 'ਤੇ ਵੀ ਲੱਗਾ, ਜਾ ਕੇ 6-7 ਮਹੀਨੇ ਕੰਮ ਕੀਤਾ, ਉਸ ਤੋਂ ਬਾਅਦ ਕੰਮ ਬੰਦ ਹੋ ਗਿਆ। ਉਸ ਤੋਂ ਬਾਅਦ ਫਿਰ ਇਸ ਸਾਲ ਜਨਵਰੀ ਫਰਵਰੀ 'ਚ ਲੱਗਾ। ਉਸ ਤੋਂ ਬਾਅਦ ਕੋਈ ਇੱਦਾਂ ਕਿਸੇ ਨੇ ਫਰੋਤੀ ਮੰਗ ਮਾਰ ਲਈ, ਉਹਦੀ ਟੈਨਸ਼ਨ ਲੈ ਲਈ, ਉਹ ਹੋਸਪਿਟਲ ਰਿਹਾ ਮਹੀਨਾ। ਉਸ ਤੋਂ ਬਾਅਦ ਛੁੱਟੀ ਮਿਲੀ, ਫਿਰ ਆਇਆ ਕਿਤੇ ਹੋਰ ਕੰਮ ਚੱਲ, ਕਹਿੰਦਾ ਪਿੰਡ ਦਾ ਮੁੰਡਾ ਕੋਈ ਚੱਲਣ। ਉੱਥੇ ਰਾਤ ਨੂੰ ਮਿਲਿਆ, ਸਵੇਰ ਨੂੰ ਮੁੜ ਕੇ ਫੋਨ ਦਾ ਗੱਲਬਾਤ ਨਹੀਂ ਹੋਈ ਮੁੜ ਕੇ। ਰਿਸ਼ਤੇਦਾਰੀ ਦੇ ਵਿੱਚੋਂ ਕੋਈ ਸੀਗਾ ਪੁਰਤਗਾਲ ਦੇ ਵਿੱਚ ਕਿ ਜਾਂ ਵੈਸੇ ਭੇਜਿਆ ਸੀ? ਆਪ ਹੀ ਗਏ ਸੀ? ਨਹੀਂ, ਭੇਜਿਆ, ਆਪ ਹੀ ਭੇਜਿਆ ਸੀ। ਉੱਥੇ ਮੁੰਡਾ ਆਇਆ ਸੀ ਸਾਡੇ ਪਿੰਡ ਦੇ, ਉਸ ਕੋਲ ਰਿਹਾ, ਸਾਡੇ ਪਿੰਡ ਦੇ ਮੁੰਡੇ ਸੀ, ਉੱਥੇ ਉਹਨਾਂ ਕੋਲ ਗਿਆ ਸੀ। ਪਹਿਲਾਂ ਇੱਥੇ ਪਿੰਡ ਦੇ ਮੁੰਡੇ ਜਿੱਥੇ ਲਿਖਮਣ ਉਤਰਿਆ, ਇਹ ਵੀ ਮੁੰਡੇ ਪਿੰਡ ਦੇ ਮੁੰਡੇ ਨਾਲ ਸਾਹਮਿਆ। ਫਿਰ ਕਹਿੰਦਾ ਮੈਂ ਉੱਥੇ ਜਾਣਾ ਵੀ, ਉਹ ਕਹਿੰਦੇ ਚੱਲ ਉੱਥੇ ਚੱਲਦਾ ਸਾਨੂੰ ਕੀ। ਫਿਰ ਉਹਨਾਂ ਕੋਲ ਰਿਹਾ, ਉਹਨਾਂ ਕੋਲ ਰਿਹਾ 6-7 ਮਹੀਨੇ ਕੰਮ ਕੀਤਾ ਉੱਥੋਂ। ਉਸ ਤੋਂ ਬਾਅਦ ਇੱਦਾਂ ਜਿੱਦਾਂ ਫਰੋਤੀ ਮੰਗ ਵੀ ਅਤੇ ਸਾਲ ਮਿਲਦਾ ਰਿਹਾ, ਮੁੜ ਕੇ ਕਹਿੰਦਾ ਇੱਦਾਂ ਕੀਤੀ ਅਤੇ ਦਬਕਾ ਦੁਬਕਾ ਮਾਰਿਆ, ਫਰੋਤੀ ਮੰਗ ਵੀ ਕੀਤੀ, ਹੋਰ ਟੈਨਸ਼ਨ ਲੈ ਲਈ। ਟੈਨਸ਼ਨ ਤੋਂ ਬਾਅਦ ਉਹ ਹੋਸਪਿਟਲ ਰਿਹਾ ਮਹੀਨਾ, ਹੋਸਪਿਟਲ ਤੋਂ ਬਾਅਦ ਛੁੱਟੀ ਮਿਲੀ। ਫਿਰ ਉਹਨੂੰ ਕਿਹਾ ਚੱਲ ਮੈਂ ਉੱਥੇ ਜਾਂਦਾ ਲਿਸ਼ਮਣ ਕਿਤੇ ਕੰਮ ਦੇਖ ਲੈਣੇ, ਮੁੰਡੇ ਪਿੰਡ ਦੇ ਆਇਆ। ਉੱਥੇ ਆਇਆ, ਇੱਕ ਰਾਤ ਰਿਹਾ, ਰਾਤ ਨੂੰ ਸਾਡੇ ਨਾਲ ਗੱਲਬਾਤ ਹੋਈ ਹੈ। ਜਿੱਦਾਂ ਅੱਜ ਰਾਤ ਨੂੰ ਪਹੁੰਚਿਆ ਅਤੇ ਸਵੇਰ ਨੂੰ ਗੁਰਦੁਆਰਾ ਰਿਹਾ, ਗੁਰਦੁਆਰੇ ਵਿੱਚ ਸ਼ਾਮ ਨੂੰ ਫਿਰ ਉਹ ਗੁਰਦੁਆਰਾ ਲੰਗਰ ਲੈ ਕੇ ਅਤੇ ਉੱਥੇ ਪੁਲਿਸ ਥੱਲੇ ਚੱਲ ਗਿਆ ਜਿੱਥੇ ਬਾਕੀ ਮੁੰਡੇ। ਉੱਥੇ ਰਾਤ ਨੂੰ ਗੱਲ ਹੋਈ ਮੁੜ ਕੇ, ਮਾੜੀ ਉਹ ਵੀ ਗੱਲ ਪੂਰੀ ਨਹੀਂ ਚੰਗ ਤਰ੍ਹਾਂ ਕੀਤੀ, ਅਤੇ ਟੈਨਸ਼ਨ ਸੀ ਥੋੜ੍ਹੀ। ਪਰੇਸ਼ਾਨੀ ਕਾਹਦੀ ਸੀਗੀ ਕਿ ਕੰਮ ਨਹੀਂ ਉਹਦੇ ਉੱਥੇ ਮਿਲਦਾ ਪਿਆ? ਕੰਮ ਕਰਕੇ ਉਹਨੂੰ ਕਹਿੰਦਾ ਕੰਮ ਹੈ ਨਹੀਂ ਮੇਰੇ ਕੋਲ, ਟੈਨਸ਼ਨ ਨਹੀਂ ਸੀ ਤਾਂ ਮੇਰੇ ਕਾਗਜ਼ ਖਰਾਬ ਹੋ ਗਏ, ਮੇਰਾ ਇਹ ਅੱਖਾਂ ਹੋ ਗਿਆ, ਅਜਿਹਾ ਨਹੀਂ, ਕਾਗਜ਼ ਤੇਰੇ ਠੀਕ ਹੈ, ਸਭ ਕੁਛ ਹੈ ਤੇਰੇ ਵਿੱਚ। ਇਹ ਵੀ ਹੋਊਗਾ ਕਿ 20 ਲੱਖ ਦਾ ਕਰਜ਼ ਚੁੱਕਿਆ ਔਰ ਇਹ ਵੀ ਲਾਉਣਾ ਜਾ ਕੇ, ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀਗੀਆਂ? ਕਹਿੰਦਾ 20 ਲੱਖ ਰੁਪਏ, ਮੈਂ ਚੱਲ ਜੇ ਨਹੀਂ ਤੂੰ ਪਿੰਡ ਇੰਡੀਆ ਆ ਜਾ, ਕਹਿੰਦਾ ਨਹੀਂ 20 ਲੱਖ ਰੁਪਏ ਚੱਕ ਕੇ ਭੇਜਿਆ ਤੁਸੀਂ, ਮੈਂ ਕਿੱਦਾਂ ਆਵਾਂ, ਮੈਂ ਪੈਸੇ ਕਮਾਉਣੇ, ਪੱਕਾ ਹੋਣਾ, ਮੈਂ ਨਿਆਣੇ ਲੈ ਕੇ ਆਉਣਾ। ਮੈਂ ਇੱਦਾਂ ਗੱਲਾਂ ਕੀਤੀਆਂ ਮੁੜ ਕੇ, ਰਾਤ ਨੂੰ ਗੱਲ ਆਈ ਮੁੜ ਕੇ ਸਵੇਰੇ, ਕਹਿੰਦੇ ਮੁੰਡੇ ਕਹਿੰਦੇ ਗੁਰਦੁਆਰੇ ਗਿਆ ਉੱਠ ਕੇ, ਉੱਥੇ ਚਾਹ ਪਾਣੀ ਪੀਤਾ, ਚਾਹ ਪਾਣੀ ਪੀ ਕੇ ਸਵੇਰੇ ਪਾਣੀ, ਉਸ ਤੋਂ ਬਾਅਦ ਕਿਤੇ ਚੱਲ ਗਿਆ, ਮੁੜ ਕੇ ਫੋਨ ਹੀ ਨਹੀਂ ਆਇਆ ਸਾਨੂੰ। ਰਹਿੰਦੇ ਗੁਰਦੁਆਰੇ ਸੀ? ਨਾ, ਰਹਿੰਦੇ ਸਵੇਰ ਨੂੰ ਗੁਰਦੁਆਰੇ ਸੀ, ਰਾਤ ਨੂੰ ਉਹ ਪੁਲਾਂ ਥੱਲੇ ਰਹਿੰਦੇ ਸੀ ਸਾਰੇ।
ਇੱਥੇ ਕੀ ਕੰਮ ਕਰਦੇ ਸੀ ਅੰਕਲ? ਇੱਥੇ ਉਹਦਾ ਬਿਲਡਿੰਗ ਦਾ ਕੰਮ ਬਹੁਤ ਸੀ। ਇਸ ਕਹਿੰਦਾ ਮੈਂ ਬਾਹਰ ਜਾਣਾ ਸੀ, ਚੱਲ ਬਾਹਰ ਭੇਜਤਾ 20 ਲੱਖ ਰੁਪਈਆ ਲਾ ਕੇ। ਸਾਨੂੰ ਕੀ ਪਤਾ ਹੁਣ ਇੱਦਾਂ ਹੋਣੀ ਕਿ ਨਹੀਂ ਹੋਣੀ। ਇੱਥੇ ਕੰਮ ਬਹੁਤ ਸੀ ਬਿਲਡਿੰਗ ਦਾ, ਉਹਦਾ ਗੇਟ ਗੇਟ ਬਣਾਉਂਦਾ ਸੀ, ਫੈਂਸੀ ਗੇਟ ਬਣਦਾ ਸੀ, ਉਦੋਂ ਸਟੀਲ ਦੇ ਵਗੈਰਾ ਸਾਰੇ। ਕੰਮ ਘਟਿਆ ਸੀਗਾ ਤਾਂ ਕਰਕੇ ਬਾਹਰ ਗਏ ਕਿ ਜਾਂ ਉੱਥੇ ਨੌਜਵਾਨ ਸੀਗੇ ਯਾਰ ਦੋਸਤ ਉਹਨਾਂ ਕਰਕੇ ਚਲੇ ਗਏ? ਉਹ ਕੰਮ ਘਟਿਆ ਵੀ, ਉਹ ਕਹਿੰਦਾ ਮੇਰੇ ਯਾਰ ਦੋਸਤ ਆ, ਉਹ ਕਹਿੰਦੇ ਆ ਜਾ ਤੂੰ, ਅਸੀਂ ਤਾਂ ਚਲ ਜਾ ਭੇਜਤਾ, ਚੱਲ ਲੈਫ ਬਣ ਜੂ, ਅੱਗੇ ਨਿਆਣੇ ਵੀ ਬਣ ਜੂ, ਕਹਿੰਦਾ ਨਿਆਣੇ ਸੈਟਲ ਹੋ ਜਾਣਗੇ। ਔਰ ਸਾਨੂੰ ਕੀ ਪਤਾ ਕੰਮ ਆਹ ਕੰਮ ਹੋਣਾ। ਅੱਛਾ, ਇੰਨੇ ਮਹੀਨੇ ਹੋ ਗਏ ਤੁਸੀਂ ਵੀ ਲਗਾਤਾਰ ਕੋਸ਼ਿਸ਼ ਕਰ ਰਹੇ ਹੋ, ਜਿਹੜਿਆਂ ਦੇ ਨਾਲ ਉੱਥੇ ਰਹਿੰਦੇ ਸੀਗੇ ਜਾਂ ਗੱਲਬਾਤ ਹੁੰਦੀ ਹੈ, ਕੁਝ ਪਤਾ ਲੱਗਾ, ਕੋਈ ਪਰੂਫ ਜਾਂ ਕੁਛ ਸਬੂਤ ਮਿਲਿਆ ਕੋਈ? ਨਹੀਂ, ਕੋਈ ਸਬੂਤ ਨਹੀਂ। ਇੱਕ ਪਹਿਲਾਂ ਉਹਦੇ ਕੱਪੜੇ ਮਿਲੇ ਸਾਡੇ, ਉਹਦੇ ਮਾਮਾ ਜੀ ਗਏ ਸੀ, ਉਹਨੇ ਜਦੋਂ ਗੁੰਮ ਹੋਇਆ 3-4 ਦਿਨ ਬਾਅਦ ਚੱਲ ਗਿਆ, ਉਹਦੇ ਕੱਪੜੇ ਮਿਲੇ, ਟੈਚੀ ਟੁਚੀ ਮਿਲਿਆ ਗੁਰਦੁਆਰੇ 'ਚੋਂ, ਉਦੋਂ ਗੁਰਦੁਆਰੇ ਰੱਖਦਾ, ਬਾਕੀ ਮਿਲਿਆ ਕਿਤੇ ਨਹੀਂ। ਫਿਰ ਹੁਣ ਕੋਈ ਪਾਸਪੋਰਟ 1.5 ਮਹੀਨਾ ਪਹਿਲਾਂ ਮਿਲਿਆ ਉੱਥੋਂ, ਪਤਾ ਨਹੀਂ ਉਹ ਰੱਖਿਆ ਕਹਿੰਦੇ ਰੱਖਿਆ, ਪਾਸਪੋਰਟ ਮਿਲ ਗਿਆ ਉੱਥੋਂ। ਪਾਸਪੋਰਟ ਕਿਹੜੀ ਜਗ੍ਹਾ ਤੋਂ ਮਿਲਿਆ? ਗੁਰਦੁਆਰਾ ਸਾਹਿਬ ਜੋੜੇ ਘਰ। ਅੱਛਾ, ਇੰਨੇ ਸਮੇਂ ਬਾਅਦ ਉੱਥੇ ਪਾਸਪੋਰਟ ਮਿਲਿਆ, ਪਹਿਲਾਂ ਹੀ ਸੀਗਾ ਕਿ ਜਾਂ ਉਸ ਤੋਂ ਬਾਅਦ ਕਿਸੇ ਨੇ ਰੱਖਿਆ? ਉਹ ਕਹਿੰਦੇ ਪਹਿਲਾਂ ਹੀ, ਪਤਾ ਨਹੀਂ ਉਹ ਜੋੜੇ ਘਰ ਜਿੱਥੇ ਲੇਡੀ ਜੋੜੇ ਲੈਂਦੀ, ਉੱਥੇ ਮੁੰਡਾ ਕਹਿੰਦਾ ਝਾੜਨ ਗਏ ਸੀ, ਸਫਾਈ ਸਫੂਈ ਕਰਦੇ ਉੱਥੇ ਪਿਆ ਸੀ। ਵੈਸੇ ਜਦੋਂ ਲੱਭਣ ਲੱਗੀਏ ਤਾਂ ਤਰ੍ਹਾਂ ਤਰ੍ਹਾਂ ਦੀ ਤਫਤੀਸ਼ ਹੁੰਦੀ ਹੈ, ਉੱਥੇ ਗੱਲਬਾਤ ਤੁਸੀਂ ਵੀ ਮੁੰਡਿਆਂ ਦੇ ਨਾਲ ਕੀਤੀ ਹੋਊਗੀ, ਲੱਗਦਾ ਕੀ ਹੈ ਤੁਹਾਨੂੰ ਕਿ ਕਿੱਥੇ ਗਿਆ ਜਾਂ ਕੀ ਕਹਾਣੀ ਕੀ ਬਣੀ ਹੈ ਸਾਰੀ? ਪਤਾ ਨਹੀਂ ਉਹ ਕਿਤੇ ਜਾਂ ਕਿਤੇ ਕਿੱਥੇ ਗਿਆ ਕਿੱਥੇ ਨਹੀਂ, ਹੁਣ ਸਾਨੂੰ ਇਹ ਵੀ ਨਹੀਂ ਪਤਾ ਕੀ ਕਹਿ ਸਕਦੇ। ਅਸੀਂ ਸਾਰੇ ਮੁੰਡੇ, ਸਾਡਾ ਭਤੀਜਾ ਜਰਮਨ ਤੋਂ ਆਇਆ, ਹਫ਼ਤਾ ਰਹਿ ਗਿਆ, ਹੁਣ ਸਾਰਾ ਘੁੰਮਿਆ ਨਾਲ ਪਿੰਡ ਦੇ ਮੁੰਡੇ, ਗੱਡੀ ਲੈ ਕੇ ਸਾਰੇ ਘੁੰਮੇ। ਕਹਿੰਦਾ ਜਿੱਥੇ ਜਿੱਥੇ ਗਏ ਸਾਨੂੰ ਕਿਤੇ ਨਹੀਂ ਮਿਲਿਆ, ਜਿੱਥੇ ਜਿੱਥੇ ਦੱਸ ਕਹਿੰਦੇ ਸੀ, ਪਾਰਕਾਂ ਵਗੈਰਾ ਜਾਂ ਕਿਤੇ ਬੱਸ ਸਟੈਂਡਾਂ ਦੇ ਕੋਲ ਗੁਰਦੁਆਰਿਆਂ ਦੇ, ਕਿਤੇ ਨਹੀਂ। ਉਸ ਪਹਿਲੂ ਕਹਿੰਦਾ 4 ਘੁੰਮ ਲਏ, ਉੱਥੇ ਵੀ ਹੈ ਨਹੀਂ। ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀਗੀ ਆਖਰੀ ਵਾਰ ਕਦੋਂ ਹੋਈ ਤੁਹਾਡੀ ਗੱਲ? 27 ਅਪ੍ਰੈਲ ਨੂੰ ਹੋਈ, ਜਦੋਂ ਗੁੰਮ ਹੋਈ 28 ਅਪ੍ਰੈਲ ਨੂੰ। ਉਦਣ ਸ਼ਾਮ ਨੂੰ 5 ਵਜੇ ਪਹਿਲਾਂ ਲਾਇਆ ਫੋਨ, ਫਿਰ 8-9 ਵਜੇ ਬਹੁਤ ਸੋਹਣੀ ਗੱਲ ਕੀਤੀ ਉਹਨਾਂ ਨੇ, ਕਹਿੰਦੇ ਮੈਂ ਦੂਜੇ ਥਾਂ ਕੰਮ 'ਤੇ ਜਾ ਰਿਹਾ, ਮੈਨੂੰ ਐਡਰੈਸ ਦਿੱਤਾ ਸੀ ਅਤੇ ਉਹ ਬੰਦਾ ਫੋਨ ਨਹੀਂ ਚੁੱਕਦਾ ਪਿਆ, ਅਤੇ ਮੈਂ ਕਿਹਾ ਕੋਈ ਨਹੀਂ ਨਹੀਂ ਚੁੱਕਦਾ ਪਿਆ, ਤੁਸੀਂ ਕੱਲ੍ਹ ਚੱਲ ਜਿਓ, ਅੱਜ ਤੁਸੀਂ ਰਾਤ ਗੁਰਦੁਆਰਾ ਸਾਹਿਬ ਰਹਿ ਲਓ। ਅਤੇ ਕਹਿੰਦੇ ਠੀਕ ਹੈ, ਫਿਰ ਗੁਰਦੁਆਰਾ ਸਾਹਿਬ ਪ੍ਰਧਾਨ ਜੋ ਪੁੱਛਿਆ ਅਤੇ ਉਹ ਕਹਿੰਦੇ ਨਹੀਂ ਤੁਸੀਂ ਇੱਥੇ ਨਹੀਂ ਰਾਤ ਰਹਿ ਸਕਦੇ। ਉਹ ਫਿਰ ਉੱਥੇ ਚੱਲ ਗਏ, ਬੜੀ ਸੋਹਣੀ ਗੱਲ ਕੀਤੀ। ਮੁੜ ਕੇ ਬਾਅਦ 'ਚੋਂ ਕਹਿੰਦੇ ਕੋਈ ਨਹੀਂ ਮੈਂ ਦੇਖਦਾ, ਮੈਂ ਜਾਂਦਾ ਵਾਂ। ਰਾਤ ਨੂੰ ਫਿਰ ਮੇਰੇ ਜੀਜਾ ਜੀ ਨੇ ਫੋਨ ਕੀਤਾ ਵੀ ਤੂੰ ਠੀਕ ਹੈ ਤਾਂ ਫਿਰ ਜਾਈ, ਨਹੀਂ ਤਾਂ ਤੂੰ ਇੱਥੇ ਰਹੀ, ਕੋਈ ਗੱਲ ਨਹੀਂ ਅਤੇ ਤੈਨੂੰ ਮੰਗਾ ਲੈਂਦੇ ਅਸੀਂ ਇੰਡੀਆ। ਕਹਿੰਦੇ ਨਹੀਂ ਮੈਂ ਠੀਕ ਹੈ, ਮੈਂ ਚੱਲ ਜਾਣਾ ਵਾਂ। ਫਿਰ ਰਾਤ ਨੂੰ ਜਦੋਂ 2:30 ਵਜੇ ਸਾਨੂੰ ਫੋਨ ਆਇਆ ਵੀ ਉਹ ਜ਼ਿਆਦਾ ਮਤਲਬ ਐਪਸੈਟ ਹੋ ਗਏ ਆ ਅਤੇ ਪਛਾਣਦੇ ਨਹੀਂ ਪਏ। ਫਿਰ ਉਹਨਾਂ ਨੇ ਅਸੀਂ ਫੋਨ ਲਾਇਆ, ਵੀਡੀਓ ਕਾਲ ਲਾਈ, ਮੁੰਡਿਆਂ ਨੇ ਆਪਣੇ ਗੱਲ ਕਰਾਈ ਫੋਨ ਤੋਂ ਹੀ ਸਾਨੂੰ ਲਾ ਕੇ, ਪਰ ਉਹਨਾਂ ਨੇ ਨਹੀਂ ਪਛਾਣਿਆ ਸਾਨੂੰ। ਤੁਹਾਡੇ ਨਾਲ ਵੀਡੀਓ ਕਾਲ 'ਤੇ ਗੱਲ ਹੋਈ ਤਾਂ ਤੁਹਾਨੂੰ ਪਛਾਣਿਆ ਨਹੀਂ ਉਹਨਾਂ? ਨਹੀਂ, ਡੈਡੀ ਜੀ ਨੇ ਕੀਤੀ ਸੀ, ਮੈਂ ਨਹੀਂ ਕੀਤੀ ਸੀ। ਡੈਡੀ ਨੇ ਆਵਾਜ਼ਾਂ ਮਾਰੀਆਂ ਸੀ, ਸੋਨੂੰ ਬਲਜੀਤ ਤੂੰ ਇੱਦਾਂ ਬੇਟਾ ਕਿਉਂ ਕਰਨ ਡਿਆ ਮੈਂ, ਵੀ ਅਸੀਂ ਤਾਂ ਤੈਨੂੰ ਕੰਮ ਕਰਨ ਵਾਸਤੇ ਭੇਜਿਆ ਸੀ ਨਾ, ਤੂੰ ਇੰਨੀ ਟੈਨਸ਼ਨ ਕਿਉਂ ਲੈਣੇ ਆ, ਮੈਂ ਤੂੰ ਆ ਜਾ ਜੇ ਨਹੀਂ ਤਾਂ। ਉਹਨਾਂ ਨੇ ਸਾਡੇ ਵੱਲ ਨਹੀਂ ਦੇਖਿਆ, ਕਹਿੰਦੇ ਨਹੀਂ, ਪਤਾ ਹੀ ਨਹੀਂ ਉਹਨਾਂ ਨੂੰ ਪਛਾਣ ਵੀ ਅਸੀਂ ਕੌਣ ਹੈ ਕੌਣ ਨਹੀਂ, ਪਛਾਣੇ ਨਹੀਂ ਸਾਨੂੰ। ਟੈਨਸ਼ਨ ਲੈ ਕੇ ਉੱਥੇ ਕੰਮ ਨਹੀਂ ਸੀ ਮਿਲਦਾ, ਇਸ ਚੀਜ਼ ਨੇ ਬਹੁਤਾ ਧੱਕਾ ਲਾਇਆ? ਹਾਂਜੀ, ਸਾਨੂੰ ਤਾਂ ਇਹੀ ਲੱਗਦਾ ਵਾ ਵੀ ਜਿੱਦਾਂ ਕੰਮ ਦੀ ਟੈਨਸ਼ਨ ਲਈ, ਅਸੀਂ ਤਾਂ ਬਥੇਰਾ ਸਮਝਾਉਂਦੇ ਰਹੇ ਪਿਆਰ ਵਿੱਚ, ਨਹੀਂ ਕੰਮ ਮਿਲਦਾ ਤੁਸੀਂ ਅੱਗੇ ਪਿੱਛੇ ਨਿਕਲ ਜਾਓ, ਸਾਡੇ ਰਿਸ਼ਤੇਦਾਰ ਹੋਰ ਵੀ ਦੇਸ਼ ਜਰਮਨ ਹੈਗੇ ਸੀ, ਸਾਰੇ ਫਰਾਂਸ ਹੈਗੇ ਸੀ, ਤੁਸੀਂ ਉੱਥੇ ਚਲ ਜਾਓ। ਕਹਿੰਦੇ ਨਹੀਂ ਮੈਂ ਪੇਪਰ ਲੈ ਕੇ ਬਣਾ ਕੇ ਫਿਰ ਹੀ ਮੈਂ ਨਿਕਲਣਾ ਇੱਥੋਂ, ਮੈਂ ਨਹੀਂ ਜਾਣਾ। ਅਤੇ ਉਹ ਕੰਮ ਬੰਦ 3 ਮਹੀਨੇ ਰਿਹਾ, ਉਦੋਂ ਤਾਂ ਬਹੁਤ ਸੋਹਣਾ ਗੱਲ ਕਰਦੇ ਰਹੇ, ਮਤਲਬ ਕਿ ਫਰਵਰੀ ਦੇ ਲਾਸਟ ਜਦੋਂ ਕੰਮ ਮਿਲਿਆ ਵਾ, ਅਤੇ ਉਦੋਂ ਮਾਰਚ ਦੀ 14-15 ਨੂੰ ਫਿਰ ਬਿਮਾਰ ਹੋ ਗਏ। ਛੇੜਖਾਨੀ ਕੀਤੀ ਉਹਨਾਂ ਨਾਲ, ਸਾਨੂੰ ਨੀ ਇਸ ਬਾਰੇ ਉਹਨਾਂ ਨੇ ਦੱਸਿਆ। ਜਦੋਂ ਜ਼ਿਆਦਾ ਮਤਲਬ ਕੰਮ ਜ਼ਿਆਦਾ ਹੋ ਗਿਆ ਸੀਗਾ, ਫਿਰ ਮੁੰਡਿਆਂ ਨੇ ਸਾਨੂੰ ਫੋਨ ਲਾ ਕੇ ਕਿਹਾ ਵੀ ਇਹ ਟੈਨਸ਼ਨ ਲੈਂਦਾ ਪਿਆ ਵਾ ਕੋਈ ਗੱਲ ਦੀ, ਤੇ ਅਸੀਂ ਪੁੱਛਿਆ ਕਿ ਕੀ ਗੱਲ ਕੀ, ਫਿਰ ਉਹਨਾਂ ਨੇ ਕਿਹਾ ਵੀ ਮੈਨੂੰ ਇੱਦਾਂ ਦਾ ਫੋਨ ਆਇਆ ਵਾ, ਤੇ ਉਹ ਕਹਿੰਦੇ ਤੇਰੇ ਅਸੀਂ ਪੇਪਰ ਖਰਾਬ ਕਰ ਦੇਣੇ, ਅਸੀਂ ਤੂੰ 2 ਨੰਬਰ 'ਚ ਆਇਆ, ਅਸੀਂ ਤੈਨੂੰ ਮਾਰ ਦੇਣਾ ਇੱਦਾਂ ਦਾ। ਤੇ ਅਸੀਂ ਕਿਹਾ ਨਹੀਂ, ਤੁਹਾਨੂੰ ਉੱਦਾਂ ਹੀ ਕਿਸੇ ਨੇ ਮਜ਼ਾਕ ਕੀਤਾ ਵਾ, ਤੁਸੀਂ ਟੈਨਸ਼ਨ ਨਾ ਲਓ। ਅਤੇ ਕਹਿੰਦੇ ਨਹੀਂ ਉਹ ਮੈਨੂੰ ਪਤਾ ਵਾ, ਉਹਨਾਂ ਨੇ ਮੈਨੂੰ ਕੁਛ ਕਰ ਦੇਣਾ ਇੱਦਾਂ, ਬਥੇਰਾ ਹੀ ਸਮਝਾਉਂਦੇ ਰਹੇ, ਪਰ ਇਹੀ ਗੱਲ ਉਹਨਾਂ ਨੇ ਦਿਲ 'ਤੇ ਲਾ ਲਈ, ਜਾਂ ਹੁਣ ਕੀ ਬਣੇ ਸਾਨੂੰ ਨਹੀਂ ਇਸ ਬਾਰੇ ਪਤਾ। ਵੀ ਰਿਸ਼ਤੇਦਾਰ ਸਾਰੇ ਸਾਡੇ ਪਹਿਲਾਂ ਵੀ ਮਾਮਾ ਜੀ ਆਏ ਜਰਮਨ ਤੋਂ,
होर भी रिश्तेदार हैगे सारे लभन दे आ। मुंडा साडा दियोर मेरा हफ्ता एक रह गया, वह भी सारे घूम के गया पार्कों में बस स्टैंड सारे लभे उन्होंने। वो कहते जिन्हें जिन्हें भी फोटो दिखाइया वह कहते नहीं असी नहीं इस मुंडे ने देखा इतने। ख्याल जो इस तरीके दे नाल होने समय तुसी गुजरे हो कि 20 लाख का कर्ज भी लाया और इतने काम सीगा घट खा लेंदे चल जाता पर इस तरीके दे नाल परेशानी ना होंगी। भाई आई अं तो बड़े पछताने कि कद तो भेज दते अं तो इतने चंगे से अभी तो बच्चे कहते सैट करने ही तो बच्चे सैट करते करते तो हूँ ये थोड़ी पता ही भी आप ही बीमार होकर बह जाना तो हूँ चल सू यही है भी घर आ जाओ जिदा भी घर आ जाए सू मिल जाने कि फोन कर दे सू पैसे की नहीं लोड़ सू उन्हों की लोड़ है। अमर छकया होया सीगा दाढ़ी रखी हुई ना? हाँ जी पहला छकया ही जो इतों बहर गए से उदो फिर उत्त एयरपोर्ट से उन्होंने लवाता से अभी दोवे कट्ठिया ने छकया ही। गुजारा किमें चलता है चंगे भविख लिए उत्थे गए सीगे हुण इत्थे वेल्डिंग वाला भी काम बंद हो गया उस तो बाद बाहर चले गए हुण लापता ने किमें गुजारा कर चलता? बस डैडी सिर ते ही है डैडी पेंशन लैंदे बाकी जिमीदारा वा डंगर रखे दुद्ध बेकर करने गुजारा। करजा साडा उद्दे ही खड़ा वा करजा किने लाना हुण आप हुंदे फिर कमाई करदे फिर ही करजा उतरना ही। अभी तो हम यही कहने सरकार भी सानू बंद मिल जाए अं करजा आप ही मेहनत करके ला लाँगे पर सू आ जाए घर आ जाए साढ़े को। चलो ये वाकई अरदास ही हैगी है और ये नौजवान की फोटो हैगी है कि जे किसी मिले तो जरूर परिवार के नाल संपर्क जरूर करन। तो अंकल तुसी विदेश मंत्रालय के नाल जां सरकार के किसी नुमाइंदे नाल गलबात की है? नहीं अभी किसी नहीं की उदा उधर मैसेज भी की है थाने रिपोर्टा करवाइया उसे भी पुरस्कार परसों चौथ भी कल परसों भी कराई पहला भी कराई 2 महीने 3 हो गए। प्रशासनिक अधिकारी आया थोड़े कोल कोई? कोई नहीं कोई नहीं आया साढ़े कोई नहीं सुनी नहीं साढ़े। माता जी थोड़ी कदों हुई सी पुत नाल लास्ट गल? उदो ही हुई सी जदों बोलदे साढ़े। हां जी मुड़ के नहीं हुई करदे सी कोई? हां जी ठीक ठाक बस पुछदे ही आई गया रहन ठीक ठाक जीते पी ठीक ठाक जाई तो ठीक है। चलो मसला रखो आस करते हैं कि जल्दी नौजवान का जिहड़ा वह पता लगे क्योंकि 6 महीने हो गए ने चंगे भविख की आस दे लई नौजवान पुर्तगाल गया सीगा पर अचानक उत्थे लापता हो गया क्योंकि उत्थे काम नहीं सी मिलता कई तरह दीआं परेशानियां हैगीआं सीगीआं पर लापता होने तो बाद परिवार होर ज़्यादा परेशानी दे विच है। करजा 20 लाख रुपए का चुकया होया सीगा तां उस तरह कहिंदे ने कि खड़ा परिवार का गुजारा करना औखा होया पिया सो लोड़ है जेकर किसी नूं इह नौजवान दिसे विदेशां दे विच बैठिआं नूं तां इस परिवार दे नाल जरूर संपर्क किया जाए। कैमरामैन सतनाम दे नाल मनप्रीत सिंह कालू जगबाणी टीवी भोगपुर।